ਹੈਲੋ ਗਾਇਜ਼ ਥੋੜਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਮਨਿੰਦਰ ਗਿੱਲ ਦੀਆਂ ਮੂਵੀਜ਼ ਬਾਰੇ 2009 ਤੋਂ ਲੈ ਕੇ 2022 ਵਿੱਚ ਕਿੰਨੀਆਂ ਮੂਵੀਆਂ ਕੀਤੀਆਂ ਉਹਨਾਂ ਨੇ ਤੇ ਸਭ ਤੋਂ ਜ਼ਿਆਦਾ ਹਿੱਟ ਮੂਵੀ ਕਿਹੜੀ ਸੀਗੀ ਨੰਬਰ ਪਹਿਲੇ ਤੇ ਡੈਬਿਊ ਮੂਵੀ ਸੀਗੀ ਮਨਿੰਦਰ ਗਿੱਲ ਦੀ ਮੁੰਡੇ ਯੂਕੇ ਤੇ 2009 ਵਿੱਚ ਰਿਲੀਜ਼ ਹੋਈ ਸੀ ਬਜਟ ਸੀਗਾ ਦਾ 2.50 ਕਰੋੜ ਦਾ ਇਹਨੇ ਕਲੈਕਸ਼ਨ ਕੀਤੀ 5.70 ਕਰੋੜ ਸੀ ਇਹ ਮੂਵੀ ਹਿੱਟ ਰਹੀ ਨੰਬਰ 2 ਤੇ ਮੂਵੀ ਆਂਦੀ ਇੱਕ ਕੁੜੀ ਪੰਜਾਬ ਦੀ 2010 ਵਿੱਚ ਰਿਲੀਜ਼ ਹੋਈ ਸੀ ਬਜਟ ਸੀਗਾ ਦਾ 2.10 ਕਰੋੜਸ ਦਾ ਇਹਨੇ ਕਲੈਕਸ਼ਨ ਕੀਤੀ 4.48 ਕਰੋੜਸ ਦੀ ਤੇ ਮੂਵੀ ਵੀ ਹਿੱਟ ਰਹੀ ਨੰਬਰ 13 ਦੇ ਵਿੱਚ ਏਸੀ ਦੀ ਗੈਸਟ ਅਪੀਅਰੈਂਸ ਜੋ ਕਿ ਜਟਨ ਜੁਲੀਅਟ ਵਿੱਚ ਸੀਗੀ 2012 ਵਿੱਚ ਮੂਵੀ ਰਿਲੀਜ਼ ਹੋਈ ਸੀ ਬਜਟ ਸੀਗਾ ਦਾ 3.75 ਕਰੋੜਸ ਦਾ ਇਹ ਮੂਵੀ ਨੇ ਵਰਲਡਵਾਈਡ ਕਲੈਕਸ਼ਨ ਕੀਤੀ 23.09 ਕਰੋੜਸ ਦੀ ਤੇ ਮੂਵੀ 올 ਟਾਈਮ ਬਲਾਕਬਸਟਰ ਰਹੀ ਨੰਬਰ so so 4 ਤੇ ਮੂਵੀ ਆਨ ਦੀ ਟਾਰ ਮਿੱਤਰਾਂ ਦੀ 2012 ਵਿੱਚ ਰਿਲੀਜ਼ ਹੋਈ ਸੀ ਬਜਟ ਸੀਗਾ ਇਹਦਾ 3 ਕਰੋੜ ਦਾ ਐਨ ਕਲੈਕਸ਼ਨ ਕੀਤੀ 4.25 ਕਰੋੜਸ ਦੀ ਤੇ ਮੂਵੀ ਐਵਰੇਜ ਰਹੀ ਨੰਬਰ 5 ਤੇ ਮੂਵੀ ਆਨ ਦੀ ਤੂੰ ਮੇਰਾ ਭਾਈ ਮੈਂ ਤੇਰਾ ਭਾਈ 2013 ਵਿੱਚ ਰਿਲੀਜ਼ ਹੋਈ ਸੀ ਬਜਟ ਸੀਗਾ ਇਹਦਾ 3 ਕਰੋੜ ਦਾ ਐਨ ਕਲੈਕਸ਼ਨ ਕੀਤੀ 8 ਕਰੋੜਸ ਦੀ ਤੇ ਮੂਵੀ ਹਿੱਟ ਰਹੀ ਨੰਬਰ 6 ਤੇ ਮੂਵੀ ਆਨ ਦੀ ਸਾਡੀ ਲਵ ਸਟੋਰੀ 2013 ਵਿੱਚ ਰਿਲੀਜ਼ ਹੋਈ ਸੀ ਇਹਦਾ ਬਜਟ ਸੀਗਾ 3.50 ਕਰੋੜਸ ਐਨ ਕਲੈਕਸ਼ਨ ਕੀਤੀ 5.50 ਕਰੋੜ ਦੀ ਤੇ ਮੂਵੀ ਵੀ ਐਵਰੇਜ ਰਹੀ ਨੰਬਰ 7 ਦੀ ਮੂਵੀ ਆਨ ਦੀ ਡੈਡੀ ਕੂਲ ਨੇ <med> ਫੂਲ 2013 ਵਿੱਚ ਰਿਲੀਜ਼ ਹੋਈ ਸੀ ਇਹਦਾ ਬਜਟ ਸੀਗਾ 2.50 ਕਰੋੜਸ ਦਾ ਇਹ ਮੂਵੀ ਨੇ ਵਰਲਡਵਾਈਡ ਕਲੈਕਸ਼ਨ ਕੀਤੀ 8.50 ਕਰੋੜਸ ਦੀ ਤੇ ਮੂਵੀ ਸੁਪਰ ਹਿਟ ਰਹੀ ਸੀ ਨੰਬਰ 8 ਤੇ ਮੂਵੀ ਆਉਂਦੀ ਹੈ ਗੋਰੀਆਂ ਨੂੰ ਦਫਾ ਕਰੋ 2014 ਵਿੱਚ ਰਿਲੀਜ਼ ਹੋਈ ਸੀ ਇਹਦਾ ਬਜਟ ਸੀਗਾ 4 ਕਰੋੜ ਦਾ ਨੇ ਕਲੈਕਟ ਕਰਨ ਕੀਤੀ 13 ਕਰੋੜਸ ਦੀ ਤੇ ਮੂਵੀ ਸੁਪਰ ਹਿਟ ਰਹੀ ਸੀ ਨੰਬਰ 9th ਤੇ ਮੂਵੀ ਆਉਂਦੀ ਹੈ ਹੈਪੀ ਗੋ ਲੱਕੀ 2014 ਵਿੱਚ ਰਿਲੀਜ਼ ਹੋਈ ਸੀ ਦਾ ਬਟ ਸੀਗਾ 3.50 ਕਰੋੜ ਦਾ ਇਹਨੇ ਕਲੈਕਸ਼ਨ ਕੀਤੀ 7 ਕਰੋੜ ਦੀ ਤੇ ਮੂਵੀ ਵੀ ਹਿੱਟ ਰਹੀ ਸੀ ਨੰਬਰ 10th ਤੇ ਮੂਵੀ ਆਉਂਦੀ ਹੈ ਅੰਗਰੇਜ਼ ਇਹਨੂੰ ਪ੍ਰੋਡਿਊਸ ਵੀ ਕੀਤਾ ਸੀਗਾ ਐਮੀ ਅਮਨਿੰਦਰ ਗਿੱਲ ਨੇ 2015 ਵਿੱਚ ਰਿਲੀਜ਼ ਹੋਈ ਸੀ ਇਹਦਾ ਬਜਟ ਸੀਗਾ 4 ਕਰੋੜ ਦਾ ਐਨ ਕਲੈਕਸ਼ਨ ਕੀਤੀ 31.19 ਕਰੋੜਸ ਦੀ ਤੇ ਮੂਵੀ ਬਲਾਕਬਸਟਰ ਰਹੀ ਸੀ ਨੰਬਰ 11 ਤੇ ਮੂਵੀ ਆਨ ਦੀ ਮੁੰਡੇ ਕਮਾਲ ਦੇ 2015 ਵਿੱਚ ਰਿਲੀਜ਼ ਹੋਈ ਸੀ ਇਹਦਾ ਬਜਟ ਸੀ 4 ਕਰੋੜ ਦਾ ਐਨ ਕਲੈਕਸ਼ਨ ਕੀਤੀ 5.50 ਕਰੋੜਸ ਦੀ ਤੇ ਮੂਵੀ ਐਵਰੇਜ ਰਹੀ ਨੰਬਰ 12 ਤੇ ਮੂਵੀ ਆਨ ਦੀ ਆ ਲਵ ਪੰਜਾਬ 2016 ਵਿੱਚ ਰਿਲੀਜ਼ ਹੋਈ ਸੀ ਇਹਦਾ ਬਜਟ ਸੀਗਾ 6 ਕਰੋੜ ਦਾ ਐਨ ਕਲੈਕਸ਼ਨ ਕੀਤੀ 25.16 ਕਰੋੜਸ ਦੀ ਤੇ ਮੂਵੀ ਬਲਾਕਬਸਟਰ ਰਹੀ ਸੀ ਨੰਬਰ 13 ਤੇ ਮੂਵੀ ਆਉਂਦੀ ਆ ਬੰਬੂ ਕਾਰਡ ਇਹ ਮੂਵੀ ਨੂੰ ਪ੍ਰੋਡਿਊਸ ਕੀਤਾ ਸੀਗਾ 2016 ਵਿੱਚ ਰਿਲੀਜ਼ ਹੋਈ ਸੀ ਦਾ ਬਜਟ ਸੀਗਾ 4.50 ਕਰੋੜਸ ਐਨ ਇੱਕ ਕਲੈਕਸ਼ਨ ਕੀਤੀ ਸੀ 24.51 ਕਰੋੜ ਸੀ ਤੇ ਮੂਵੀ ਬਲੌਕਬਸਟਰ ਰਹੀ ਸੀ ਨੰਬਰ 14 ਦੀ ਮੂਵੀ ਆਉਂਦੀ ਆ ਸਰਵੰਤ 2017 ਵਿੱਚ ਰਿਲੀਜ਼ ਹੋਈ ਸੀ ਇਹਦਾ ਬਜਟ ਸੀਗਾ 5.50 ਕਰੋੜਸ ਦਾ ਤੇ ਮੂਵੀ ਨੇ ਵਰਲਡ ਵਾਈਡ ਕਲੈਕਸ਼ਨ ਕੀਤੀ ਸੀ 14.28 ਕਰੋੜਸ ਦੀ ਤੇ ਮੂਵੀ ਹਿਟ ਰਹੀ ਸੀ ਨੰਬਰ 15 ਦੀ ਮੂਵੀ ਆਉਂਦੀ ਆ ਲੋਹਾਰੀਏ 2017 ਵਿੱਚ ਰਿਲੀਜ਼ ਹੋਈ ਸੀ ਇਹਦਾ ਬਜਟ ਸੀਗਾ 6 ਕਰੋੜ ਦਾ ਇਨੇ ਕਲੈਕਸ਼ਨ ਕੀਤੀ 19 ਕਰੋੜਸ ਦੀ ਤੇ ਮੂਵੀ ਸੁਪਰ ਹਿਟ ਰਹੀ ਸੀ ਨੰਬਰ 16 ਤੇ ਮੂਵੀ ਨੂੰ ਪ੍ਰੋਡਿਊਸ ਕੀਤਾ ਸੀਗਾ ਤੇ ਕੈਮੀਓ ਰੋਲ ਵੀ ਸੀਗਾ ਇਹਦੇ ਵਿੱਚ ਵੇਖ ਬਰਾਤਾ ਚੱਲੀਆਂ 2017 ਵਿੱਚ ਰਿਲੀਜ਼ ਹੋਈ ਸੀਦਾ ਬਜਟ ਸੀਗਾ 5.50 ਕਰੋੜਸ ਦਾ ਇਹਨੇ ਵਰਲਡਵਾਈਡ ਕਲੈਕਸ਼ਨ ਕੀਤੀ 23.90 ਕਰੋੜਸ ਦੀ ਤੇ ਮੂਵੀ ਬਲਾਕਬਸਟਰ ਰਹੀ ਸੀ ਨੰਬਰ 17 ਤੇ ਇਹਨੂੰ ਵੀ ਪ੍ਰੋਡਿਊਸ ਕੀਤਾ ਸੀਗਾ ਤੇ ਕੈਮੀਓ ਰੋਲ ਸੀਗਾ ਗੋਲਕ ਬੁਗਣੀ 2018 ਵਿੱਚ ਰਿਲੀਜ਼ ਹੋਈ ਸੀ ਇਹਦਾ ਬਰਡ ਸੀਗਾ 5 ਕਰੋੜ ਦੀ ਕਲੈਕਸ਼ਨ ਕੀਤੀ 18.20 ਕਰੋੜ ਦੀ ਤੇ ਮੂਵੀ ਸੁਪਰ ਹਿਟ ਰਹੀ ਨੰਬਰ 18 ਦੇ ਵਿੱਚ ਮੂਵੀ ਆਉਂਦੀ ਅਸ਼ਕੇ ਤੇ 2018 ਵਿੱਚ ਰਿਲੀਜ਼ ਹੋਈ ਸੀ 6 ਕਰੋੜ ਦਾ ਇਹਦਾ ਬਜਟ ਸੀਗਾ 18 ਕਰੋੜ ਨੇ ਮੂਵੀ ਨੇ ਕਮਾਏ ਤੇ ਮੂਵੀ ਸੁਪਰ ਹਿੱਟ ਰਹੀ। ਨੰਬਰ 19 ਤੇ ਮੂਵੀ ਆਉਂਦੀ ਹੈ ਪੱਜੋ ਵੀਰੋਵੇ ਇਹਨੂੰ ਵੀ ਪ੍ਰੋਡਿਊਸ ਕੀਤਾ ਸੀਗਾ 2018 ਵਿੱਚ ਰਿਲੀਜ਼ ਹੋਈ ਸੀ ਬਜਟ ਸੀਗਾ ਤਾਂ 3 ਕਰੋੜ ਦਾ ਇਹਨੇ ਕਲੈਕਸ਼ਨ ਕੀਤੀ 5.40 ਕਰੋੜ ਦੀ ਤੇ ਮੂਵੀ ਸੈਮੀ ਹਿੱਟ ਰਹੀ ਸੀ। ਨੰਬਰ 20 ਤੇ ਮੂਵੀ ਆਉਂਦੀ ਹੈ ਲਾਈਆਂ ਜੇ ਯਾਰੀਆਂ 2019 ਵਿੱਚ ਰਿਲੀਜ਼ ਹੋਈ ਸੀ ਇਹਦਾ ਬਜਟ ਸੀਗਾ 5 ਕਰੋੜ ਦਾ ਇਹਨੇ ਇਨੇ 11 ਕਰੋੜ ਦੀ ਕਲੈਕਸ਼ਨ ਕੀਤੀ ਸੀ ਕਿਤੇ মুਵੀ ਹਿੱਟ ਰਹੀ ਨੰਬਰ 21 ਤੇ ਆਉਂਦੀ ਆ ਚੱਲ ਮੇਰਾ ਪੁੱਤ 2019 ਵਿੱਚ ਰਿਲੀਜ਼ ਹੋਈ ਸੀ ਦਾ ਬਜਟ ਸੀਗਾ 6 ਕਰੋੜ ਦਾ ਇਨੇ ਕਮਾਈ ਕੀਤੀ 31.29 ਕਰੋੜ ਦੀ ਤੇ ਮੂਵੀ ਬਲਾਕਬਸਟਰ ਰਹੀ। 22 ਤੇ ਮੂਵੀ ਆਉਂਦੀ ਹੈ ਚੱਲ ਮੇਰਾ ਪੁੱਤ 2020 ਵਿੱਚ ਰਿਲੀਜ਼ ਹੋਈ ਸੀ। ਇਹਦਾ ਬਜਟ ਸੀਗਾ 8 ਕਰੋੜ ਨੇ ਵਰਲਡਵਾਈਡ ਕਲੈਕਸ਼ਨ ਕੀਤੀ 57.15 ਕਰੋੜ ਦੀ ਤੇ ਮੂਵੀ ਬਲਾਕਬਸਟਰ ਰਹੀ ਸੀ। ਉਸ ਤੋਂ ਬਾਅਦ ਮੂਵੀ ਆਉਂਦੀ ਹੈ ਚੱਲ ਮੇਰਾ ਪੁੱਤ 2021 ਵਿੱਚ ਰਿਲੀਜ਼ ਹੋਈ ਸੀ। ਇਹਦਾ ਬਜਟ ਸੀਗਾ 7 ਕਰੋੜ ਦਾ। ਇਹ ਮੂਵੀ ਨੇ ਵਰਲਡਵਾਈਡ ਕਲੈਕਸ਼ਨ ਕੀਤੀ 35. 84 ਕਰੋੜ ਦੀ ਤੇ ਮੂਵੀ ਬਲੌਕਬਸਟਰ ਰਹੀ ਸੀ ਨੰਬਰ 40 ਨੰਬਰ 24 ਤੇ ਮੂਵੀ ਆਉਂਦੀ ਹੈ ਚੱਲਾ ਮੁੜ ਕੇ ਨਹੀਂ ਆਇਆ 2022 ਵਿੱਚ ਰਿਲੀਜ਼ ਹੋਈ ਸੀ ਇਹਦਾ ਬਜਟ ਸੀਗਾ 11 ਕਰੋੜ ਦਾ ਇਹਨੇ ਕਮਾਈ ਕੀਤੀ ਸੀ 39.43 ਕਰੋੜ ਦੀ ਤੇ ਮੂਵੀ ਸੁਪਰ ਹਿਟ ਰਹੀ ਸੀ ਤੇ ਹੁਣ ਤੱਕ ਅਮਨਿੰਦਰ ਗੱਲਜੀ ਨੇ 24 ਮੂਵੀਆਂ ਕੀਤੀਆਂ ਨੇ ਤੇ ਉਹਨਾਂ ਵਿੱਚੋਂ ਜ਼ੀਰੋ ਫਲॉप्स ਨੇ ਤਿੰਨ ਐਵਰੇਜ ਨੇ ਸੈਵਨ ਹਿੱਟ ਮੂਵੀਜ਼ ਨੇ ਸੁਪਰ ਹਿੱਟ ਨੇ ਸਿਕਸ ਬਲੌਕਬਸਟਰਡ ਨੇ ਸੈਵਨ 올 ਟਾਈਮ ਬਲੌਕਬਸਟਰਡ ਹੈ ਗਿਆ 1 ਹੁਣ ਤੱਕ ਇਹਨਾਂ ਦਾ ਬਹੁਤ ਵਧੀਆ ਹੈ ਗਿਆ ਜਿਹੜੀ ਤੇ ਹਿੱਟ ਜਿਹੜੀ ਆ ਆਪਾਂ ਕਹਿੰਦੇ ਜਿਆਦਾਤਰ ਮੂਵੀਆਂ ਹਿੱਟ ਹੀ ਰਹਿੰਦੀਆਂ ਨੇ ਅਮਨਿੰਦਰ ਗਿੱਲ ਜੀ ਦੀਆਂ ਤੇ ਹੁਣ ਆਪਾਂ ਗੱਲ ਕਰਦੇ ਇਹਨਾਂ ਦੀਆਂ ਆਉਣ ਵਾਲੀਆਂ ਮੂਵੀਆਂ ਕਿਹੜੀਆਂ ਨੇ ਆਉਣ ਵਾਲੀ ਮੂਵੀ ਹੈਗੀ ਇਹਨਾਂ ਦੀ ਗੋਲਕ ਬੁਗਣੀ 2 ਜਿਹਦੇ ਵਿੱਚ ਹੋ ਸਕਦਾ ਕੈਮਿਓ ਰੋਲ ਵੀ ਦੇਖਣ ਨੂੰ ਮਿਲੇ ਇਹਨਾਂ ਦਾ ਇਹ ਫਰਵਰੀ 10 ਨੂੰ ਰਿਲੀਜ਼ ਹੋਊਗੀ ਅਗਲੇ ਸਾਲ ਤੇ মুਵੀ এ ਵੀ ਦੱਸਿਆ ਜਾ ਰਿਹਾ ਹੈ ਕਿ ਚਾਲੇ ਮੇਰਾ ਪਾਟ 4 ਵੀ ਆਊਗੀ ਇਹ 2023 ਵਿੱਚ ਆ ਸਕਦੀ ਹੈ ਤੇ ਨੰਬਰ ਤੀਜੇ ਤੇ ਤੀਜੀ ਜਿਹੜੀ মুਵੀ ਆ ਉਹ ਆਊਗੀ ਉੱਚਾ ਵਰਜ ਲਾਹੌਰ ਦਾ ਜੋ ਕਿ 2024 ਵਿੱਚ ਰਿਲੀਜ਼ ਹੋ ਚੁੱਕਿਆ ਹੋ ਹੌਪਫੁਲੀ ਤੇ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਮੂਵੀ ਹੈਗੀ ਹੈ ਨੰਬਰ ਤੀਜੇ ਤੇ ਹੈਗੀ ਚੱਲ ਮੇਰਾ ਪੁੱਤ 3 ਜਿਹਨੇ 35.34 ਕਰੋੜ ਕੀਤੀ ਨੰਬਰ ਦੂਜੇ ਤੇ ਹੈਗੀ ਛੱਲਾ ਮੁਰਕੀ ਨਿਆ ਜਿਹਨੇ 39.43 ਕਰੋੜ ਕਮਾਈ ਕੀਤੀ ਨੰਬਰ 1 ਤੇ ਮੂਵੀ ਹੈਗੀ ਚੱਲ ਮੇਰਾ ਪੁੱਤ 2 ਜਿਹਨੇ 57.15 ਕਰੋੜ ਦੀ ਕਮਾਈ ਕੀਤੀ ਥੈਂਕ ਯੂ ਸੋ ਮਚ ਫॉर ਵਾਚਿੰਗ ਵੀਡੀਓ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਐਦਾਂ ਹੀ ਵੀਡੀਓਜ਼ ਦੇ ਲਈ ਮਿਲਾਂਗੇ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਬਾਏ